ਤਤਿ ਜੀ ਗੋਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਲ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਕਿਸਾਨਾਂ ਦੇ ਲਈ ਮੌਸਮ ਦੀ ਅਪਡੇਟ ਅੱਜ 21 ਜਨਵਰੀ ਦੀ ਲੈ ਕੇ ਹਾਜ਼ਰਾਂ ਕਿ ਅੱਜ 21 ਜਨਵਰੀ ਨੂੰ ਮੌਸਮ ਪੰਜਾਬ ਦਾ ਕਿਵੇਂ ਰਹੇਗਾ 21 ਜਨਵਰੀ ਨੂੰ ਅੱਜ ਸਵੇਰ ਤੋਂ ਆਪਾਂ ਨੂੰ ਧੁੰਦਲਾ ਮਾਹੌਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗਾ ਬੱਦਲਬਾਈ ਦੀ ਗੱਲ ਕਰੀਏ ਤਾਂ ਬੱਦਲਬਾਈ ਹਲਕੀ-ਫੁਲਕੀ ਦਰਮਿਆਨੀ ਰਹੇਗੀ ਕੋਈ ਜ਼ਿਆਦਾ ਬੱਦਲਬਾਈ ਦੇ ਅਸਰ ਨਹੀਂ ਹੋਣਗੇ ਕਿਉਂਕਿ ਇਹ ਸਿਸਟਮ ਜੜਾ ਆ ਰਿਹਾ ਅਗਲਾ ਉਹਦਾ ਪ੍ਰਭਾਵ ਆਪਾਂ ਨੂੰ ਅੱਜ ਸ਼ਾਮ ਜਾਂ ਰਾਤ ਦੇ ਆਸ-ਪਾਸੇ ਤੋਂ ਪੰਜਾਬ ਉੱਪਰ ਦੇਖਣ ਨੂੰ ਮਿਲੇਗਾ ਸੋ 21 ਜਨਵਰੀ ਨੂੰ ਬੱਦਲਬਾਈ ਹਲਕੀ-ਫੁਲਕੀ ਰਹੇਗੀ ਮੀਂਹ ਦੇ ਅਸਰ ਘੱਟ ਹੋਣਗੇ ਪੰਜਾਬ ਦੇ ਕੁਝ ਇਲਾਕੇ ਜਿਵੇਂ ਅਮਰਸਰ ਗੁਰਦਾਸਪੁਰ ਹੋ ਗਿਆ ਤਰਨਤਾਰਨ ਜਲੰਧਰ ਕਪੂਰਥਲਾ ਦੇ ਇਲਾਕੇ ਤਾਂ ਇਨ੍ਹਾਂ ਹਿੱਸ ਪਰ ਕੋਈ ਜ਼ਿਆਦਾ ਮੀਂਹ ਦੇ आसार ਇਹਨਾਂ ਇਲਾਕਿਆਂ ਵਿੱਚ ਨਹੀਂ ਹੋਣਗੇ ਉਸ ਤੋਂ ਬਿਨਾਂ ਬਾਕੀ ਪੰਜਾਬ ਵਿੱਚ ਵੀ ਆਉਂਦੇ ਜਾਂਦੇ ਬੱਦਲ ਹਲਕੀ-ਪੁਲਕੀ ਸ਼ਰਾਟੇ ਦੇ ਸਕਦ ਨੇ ਕਿਣੀਆਂ ਪਰ ਕੋਈ ਜ਼ਿਆਦਾ ਹਲਚਲ ਹੋਣ ਦੇ आसार ਨਹੀਂ ਹੋਣਗੇ ਤੇ ਹਵਾਵਾਂ ਦੇ ਵਿੱਚ ਵੱਡਾ ਪਰਵਰਤਨ ਅੱਜ ਦੇਖਣ ਨੂੰ ਮਿਲੇਗਾ ਹਵਾਵਾਂ ਦੀ ਗਤੀ ਅਤੇ ਦਿਸ਼ਾ ਬਦਲ ਜਾਵੇਗੀ ਹਵਾਵਾਂ ਦੀ ਜੋ ਦਿਸ਼ਾ ਉੱਤਰ ਪੱਛਮ ਤੋਂ ਬਦਲ ਕੇ ਪੂਰਬੀ ਹੋ ਜਾਵੇਗੀ ਸਵੇਰ ਦੇ ਸਮੇਂ ਤੋਂ ਹੀ ਅਤੇ ਜਿਉਂ-ਜਿਉਂ ਸਮਾਂ ਅੱਗੇ ਵਧੇਗਾ ਤਾਂ ਹਵਾਵਾਂ ਰਫ਼ਤਾਰ ਫੜਨਗੀਆਂ ਤਾਂ ਦੁਪਹਿਰ ਦੇ ਆਸ-ਪਾਸ ਤੋਂ ਪੰਜਾਬ ਦੇ ਵਿੱਚ ਅਲਰਟ ਦੇ ਤੌਰ ਤੇ ਤੇਜ਼ ਹਵਾਵਾਂ ਵਗਣਗੀਆਂ ਜਿਨ੍ਹਾਂ ਦੀ ਗਤੀ 15 ਤੋਂ ਲੈ ਕੇ 35-40 ਇਨਾ ਤੇਜ਼ ਹਵਾਵਾਂ ਦੇ ਚੱਲਦੇ ਹੀ ਆਉਣ ਵਾਲੇ ਦਿਨਾਂ ਵਿੱਚ ਹੋਰ ਟੈਂਪਰੇਚਰ ਥੋੜਾ ਜਿਹਾ ਡਾਊਨ ਆਉਣਗੇ ਤੇ ਅੱਜ ਫਿਲਹਾਲ ਕਈ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਦਰਮਿਆਨੀ ਬੱਦਲਵਈ ਦਰਮਿਆਨ ਧੁੱਪ ਦਾ ਮਾਹੌਲ ਵੀ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗਾ ਕੁਝ ਹਿੱਸਿਆਂ ਵਿੱਚ ਬੂਂਦਾਬਾਰਿਸ਼ ਵੀ ਹੋਵੇਗੀ ਸੋ ਜਾਨੀ ਕਿ ਰਲਵਾ ਜਿਹਾ ਮਾਹੌਲ ਅੱਜ ਦੇਖਣ ਨੂੰ ਮਿਲੇਗਾ ਮੌਸਮ ਦੇ ਵਿੱਚ ਪਰ ਕੋਈ ਵੱਡੀ ਹਲਚਲ ਨਹੀਂ ਹੋਵੇਗੀ ਹਵਾਵਾਂ ਦੇ ਵਿੱਚ ਹਾਲਾਂਕਿ ਜ਼ਰੂਰ ਤੇਜ਼ ਹਵਾਵਾਂ ਵਾਲਾ ਪਰਿਵਰਤਨ ਉਹ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਿਨਾ ਇਸ ਅਗਲੇ ਸਿਸਟਮ ਦੀ ਵੀ ਜੇਕਰ ਗੱਲ ਕਰਦੀ ਹੈ ਤਾਂ ਇਹ ਲਗਭਗ ਅੱਜ ਰਾਤ ਤੋਂ ਅੱਧੀ ਰਾਤ ਜਾਂ ਆਸ-ਪਾਸ ਤੋਂ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਵੇਗਾ ਪੰਜਾਬ ਦੇ ਦੱਖਣ-ਪੱਛਮੀ ਇਲਾਕੇ ਜਿਵੇਂ ਹਰਿਆਣਾ ਜਾਂ ਰਾਜਸਥਾਨ ਦੇ ਜੋ ਨੇੜੇ ਪੈਂਦੇ ਨੇ ਉਹਨਾਂ ਇਲਾਕਿਆਂ ਤੋਂ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣਗੀਆਂ ਤੇ ਕੱਲ ਸਵੇਰ ਤੱਕ ਉਮੀਦ ਹੈ ਕਿ ਪੰਜਾਬ ਦੇ 50 ਤੋਂ ਲੱਗੇ 70% ਇਲਾਕਿਆਂ ਵਿੱਚ ਬਦਲ vai ਆਪਣਾ ਪ੍ਰਭਾਵ ਦਿਖਾਵੇਗੀ ਤੇ ਮੀਂਹ ਦੇ ਹਾਲਾਤ ਬਣ ਜਾਣਗੇ ਸੋ 22 ਜਨਵਰੀ ਸਵੇਰ ਤੜਕੇ ਤੋਂ ਲੈ ਕੇ ਰਾਤ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਟੁੱਟਵੇਂ ਸਮੇਂ ਦੌਰਾਨ ਮੀਂਹ ਦੀ ਅਗਰ ਦੇ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਤੱਕ ਦੇਖਣ ਨੂੰ ਮਿਲਦੀਆਂ ਰਹਿਣਗੀਆਂ 22 ਜਨਵਰੀ ਨੂੰ ਵੀ ਤੇਜ਼ ਹਵਾਵਾਂ ਪੂਰਬੀ ਦਿਸ਼ਾ ਤੋਂ ਲਗਾਤਾਰ ਨਿਰੰਤਰ ਚੱਲਦੀਆਂ ਰਹਿਣਗੀਆਂ ਤੇ ਬਾਕੀ ਜੋ ਅਗਲੀ ਅਪਡੇਟ ਆਵੇਗੀ ਕੱਲ ਦੀ ਉਹ ਆਪਾਂ ਕੱਲ ਦੀ ਵੀਡੀਓ ਵਿੱਚ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਹੜੇ ਜ਼ਿਲ੍ਹਿਆਂ ਵਿੱਚ ਕਿੰਨਾ ਮੀਂਹ ਪੈਣ ਦੇ ਅਸਰ ਨੇ ਜੇਕਰ ਹੁਣ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਦੱਖਣ ਪੱਛਮੀ ਜੋ ਮਾਲਵੇ ਦਾ ਖੇਤਰ ਪਿਆ ਜਾਂਦਾ ਹੈ ਉਹ ਲਾਕੇ ਹੋਗੇ ਇਸ ਤੋਂ ਇਲਾਵਾ ਮੱਝਾ ਹੋ ਗਿਆ ਦੁਆਬਾ ਹੋ ਗਿਆ ਤੇ ਮੱਧ ਪੰਜਾਬ ਦੇ ਇਲਾਕੇ ਹੋਗੇ ਸੋ ਇਹਨਾਂ ਇਲਾਕਿਆਂ ਵਿੱਚ ਦਰਮਿਆਨਾ ਵੀ ਪੈਣ ਦੇ ਸਾਰ ਨੇ ਕੁਝ ਇਲਾਕਿਆਂ ਵਿੱਚ ਦਰਮਿਆਨੇ ਤੋਂ ਜ਼ਿਆਦਾ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਉਧਰ ਪੰਜਾਬ ਦੇ ਜੋ ਪੂਰਬੀ ਇਲਾਕੇ ਹੋਣਗੇ ਤਾਂ ਉਹਨਾਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਹਾ ਹੋਣਗੀਆਂ ਜ਼ਰੂਰ ਪਰ ਬਹੁਤ ਜ਼ਿਆਦਾ ਨਹੀਂ ਹੋਵੇਗਾ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਤੱਕ ਹੀ ਸੀਮਿਤ ਰਹਿਣ ਦੇ ਸਾਰ ਨੇ